सत श्री अकाल आई वर्ल्ड टीवी दे विच तुहाडा सब दा स्वागत है। मैं हाँ जसपाल मान ते तुसी देख रहे हो स्पैशल एपीसोड। पिछले दिनों तो लगातार खबर आ रही ने कि संगरूर दे विच जहरीली शराब पीण नाल अधी दर्जन तो ज़्यादा मौतां हो गई। बहुत सारे पक्ष आ रहे हैं, बहुत सारे सवाल हो रहे सरकार नूं, तो बहुत सारे सवालों के दरम्यान गलबात होनी लाजमी है कि भाई कहानी की आ, इस तरह के नाल क्यों हुंदा, क्योंकि पहली दफा तो होया नहीं है। पंजाब दे विच भी इस तरह के नाल होया, तो इस तों इलावा होर दूजे सूबियां दे विच भी इस तरह के नाल घटनावां लगातार होंदियां आईयां ने कि जहरीली शराब पीण दे नाल इन्नियां मौतां होंगियां, तो कई जगह तो सैकड़े मौतां भी होंगे ने। इहदी कहानी की आ, इहदे पिछे दा राज की आ, इह किद्दां दी कहानी आ, क्योंकि बहुत सारी खबरां इस तरह दी भी आउंदियां पईयां कि यूट्यूब तों सिख के जहरीली शराब बनाई गई है, वह पी ली, उहदे नाल मौतां होंगियां। तो इस विषय उत्ते गलबात करांगे। तो इस विषय उत्ते गलबात करन दे लई साडे नाल ने राकेश कुमार कत्तू जी, जिहड़े खास करके खाण पीण दीआं चीज़ां दे उत्ते जां इहदे विच मिलावटखोरी दे उत्ते जां इस सारे विषय दे उत्ते बोलते रहिंदे आ। सो पहलां उहनां दा स्वागत करिए, तो फिर उस तों बाद गलबात नूं अगे वल तोरदे आ। राकेश जी, सत श्री अकाल, स्वागत है तुहाडा। ਸਤਿ ਸ੍ਰੀ ਅਕਾਲ ਜੀ, ਆਈ ਵਾਰ ਟੀਵੀ ਦਾ, ਆਈ ਵੀ ਟੀਵੀ ਦੇ ਆਪਣਾ ਸਾਰੇ ਦਰਸ਼ਕਾਂ ਦਾ ਤੇ ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦ। ਚਲੋ, ਧੰਨਵਾਦ ਤੁਹਾਡਾ ਵੀ, ਤੁਸੀਂ ਸਮਾਂ ਦਿੱਤਾ। ਰਕੇਸ਼ ਜੀ, ਆਪਾਂ ਸ਼ੁਰੂਆਤ ਕਰ ਗਏ ਇੱਥੋਂ ਹੀ, ਕਿਉਂਕਿ ਖਬਰਾਂ ਪਿਛਲੇ ਦਿਨਾਂ ਤੋਂ ਲਗਾਤਾਰ ਆਉਂਦੀਆਂ ਪੰਗਾਂ ਨੇ ਕਿ ਅੱਧੀ ਦਰਜਨ ਤੋਂ ਜ਼ਿਆਦਾ ਮੌਤਾਂ ਹੋ ਗਈਆਂ। ਹੁਣ ਖਬਰਾਂ ਇਦਾਂ ਵੀ ਨਿਕਲ ਕੇ ਆਈਆਂ ਪ੍ਰਿੰਟ ਮੀਡੀਆ ਦੇ ਵਿੱਚ ਸ਼ੁੱਕਰਵਾਰ ਨੂੰ ਕਿ ਜੀ ਯੂਟਿਊਬ ਦੇ ਉੱਤੋਂ ਸਿੱਖਿਆ ਜ਼ਹਿਰੀਲੀ ਸ਼ਰਾਬ ਬਣਾਉਣਾ, ਉਹਦੇ ਕਰਕੇ ਇਹ ਮੌਤਾਂ ਹੋ ਗਈਆਂ ਨੇ, ਭਾਵ ਕਿ ਬਈ ਉਹ ਉਹਨਾਂ ਦੇ ਸਿਰ ਦੇ ਉੱਤੇ ਭਾਂਡਾ ਭੰਨਿਆ ਜਾ ਰਿਹਾ, ਜਾਂ ਕਹਿ ਲਓ ਕਿ ਲੋਕਾਂ ਦੇ ਸਿਰ ਦੇ ਉੱਤੇ ਕਿ ਬਈ ਅੱਗੇ ਪਿੱਛੇ ਹੋਰ ਕੋਈ ਹੈ ਨਹੀਂ ਆ, ਜਾਂ ਕੋਈ ਵੱਡਾ ਸਾਜਿਸ਼ ਘੜਾ ਨਹੀਂ ਆ, ਜਾਂ ਕਿਸੇ ਹੋਰ ਨੇ ਨਹੀਂ ਬਣਾਈ ਆ। ਇਸ ਤਰ੍ਹਾਂ ਦੇ ਨਾਲ ਹੁੰਦਾ ਕਿਉਂ ਆ? ਕਿਉਂਕਿ ਤੁਸੀਂ, ਮੈਂ ਤੁਹਾਡੇ ਤੋਂ ਥੋੜ੍ਹਾ ਕਹਾਣੀ ਸਮਝਣੀ ਚਾਹੂੰਗਾ ਕਿ ਕਹਾਣੀ ਹੈ ਕੀ ਆ, ਗੜਬੜ ਕਿੱਥੇ ਹੋ ਜਾਂਦੀ ਹੈ, ਕਿਉਂਕਿ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ। ਅਗਲੇ ਲਈ ਤਾਂ ਦਾਰੂ ਆ, ਇੱਕ ਸ਼ਰਾਬ ਆ, ਕਿ ਯਾਰ ਸਾਰੇ ਪੀਂਦੇ ਆ ਅਤੇ ਮੈਂ ਵੀ ਪੀਂਦਾ ਪਿਆਂਗਾ, ਤਾਂ ਉਹੀ ਹੁੰਦੀ ਹੈ ਗੱਲਬਾਤ, ਕਿਉਂਕਿ ਬਹੁਤ ਸਾਰੇ ਲੋਕ ਆ। ਚਲੋ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ, ਇਹ ਅਗਲੇ ਦੀ ਮਰਜ਼ੀ, ਉਹਦਾ ਅਧਿਕਾਰ ਆ, ਪੀਣੀ ਹੈ ਜਾਂ ਨਹੀਂ ਪੀਣੀ ਆ, ਕਿਹੜੀ ਪੀਣੀ ਆ, ਕਿਹੜੀ ਨਹੀਂ ਪੀਣੀ, ਹੈ ਨਾ। ਤਾਂ ਇਹਦੇ ਵਿੱਚ ਕਹਾਣੀ ਕੀ ਹੈ, ਥੋੜ੍ਹਾ ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ। ਮਾਨ ਸਾਹਿਬ, ਗੱਲ ਇਸ ਤਰ੍ਹਾਂ ਜੀ, ਜਿਹੜੀ ਇਹ ਘਟਨਾ ਵਾਪਰਨਾ ਹੈ, ਇਹ ਅੱਜ ਦੀਆਂ ਨਹੀਂ ਹੋ ਰਹੀਆਂ। ਮੈਂ ਜਿਵੇਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ, ਉਹ ਚ ਮਿੰਟੂ ਦੱਸਿਆ ਵੀ ਕੋਈ ਸ਼ਾਇਦ ਕੋਈ ਕੈਮੀਕਲ ਪਾਉਂਦੇ ਨੇ, ਕੈਮੀਕਲ ਵਗੈਰਾ ਕੁਛ ਨਹੀਂ ਪੈਂਦਾ ਇਹ ਚ। ਇਹ ਮਾਨ ਸਾਹਿਬ, ਗੱਲ ਪਤਾ ਜਿਹੜੀ ਆਪਾਂ ਸ਼ਰਾਬ ਪੀਂਦੇ ਹਾਂ ਨਾ, ਚਾਹੇ ਅੰਗਰੇਜ਼ੀ, ਚਾਹੇ ਦੇਸੀ, ਚਾਹੇ ਆਪਣਾ ਤੁਸੀਂ ਲਾ ਲਓ ਬੀਅਰ, ਇਹਦੇ ਵਿੱਚ ਸਭ ਦੇ ਵਿੱਚ ਨਾ ਜੀ ਵਾਈਨ, ਵਿਸਕੀ, ਜੋ ਵੀ ਆਉਂਦੇ ਨੇ ਪ੍ਰੋਡਕਟ, ਅਲਕੋਹਲਿਕ ਪ੍ਰੋਡਕਟ ਆਉਂਦੇ ਨੇ, ਇਹਦੇ ਜਿਹੜੇ ਆਪਣੀ ਬੋਡੀ ਲਈ ਪੀਣ ਵਾਸਤੇ ਬਣੀ ਹੈ, ਉਹ ਹੈ ਅਥਾਈਲ, ਜਿਹਨੂੰ ਆਪਾਂ ਐਥਾਨੋਲ ਕਹਿ ਦਿੰਦੇ ਹਾਂ। ਇਹ ਐਥਾਨੋਲ ਕੀਮਤ ਹੈ ਨਾ ਸਰ, ਇਹ 45 ਰੁਪਏ ਤੋਂ ਲੈ ਕੇ 130 ਰੁਪਏ ਤੱਕ, ਜਿਹੋ ਜਿਹਾ ਤੁਸੀਂ ਕਿਸੇ ਗ੍ਰੇਨ ਚੋਂ ਕੱਢਿਆ, ਜਿਹੋ ਜੀ ਤੁਹਾਡੀ ਸ਼ੁੱਧਤਾ ਹੈ, ਉਸ ਨਾਲ ਉਹਦਾ ਰੇਟ ਹੈ। ਉਹ ਅੱਗੇ ਇਹ 75 ਡਿਗਰੀ ਦੀ ਆਉਂਦੀ ਹੈ, ਜਿਹੜੀ ਅੱਗੇ ਆਪਾਂ ਡਿਲੂਸ਼ਨ ਕਰਕੇ, ਬਲੈਂਡਿੰਗ ਕਰਕੇ, ਅੱਗੇ ਪੈਕਿੰਗ ਕਰਕੇ ਵੇਚਦੇ ਆ। ਕਈ ਕੰਪਨੀਆਂ ਆਪ ਵੀ ਬਣਾਉਂਦੀਆਂ, ਕਈ ਕੰਪਨੀਆਂ ਨੂੰ ਪੈਕ ਕਰਦੀਆਂ ਨੇ, ਜਿਹਨੂੰ ਅਸੀਂ ਬਲੈਂਡਿੰਗ ਐਂਡ ਬੋਟਲਿੰਗ ਕਹਿ ਦਿੰਦੇ ਹਾਂ ਜੀ। ਡਿਲੀਵਰ ਕਰਤਾ ਆਪਾਂ ਉਹਦੀ ਡਿਗਰੀ ਘੱਟ ਕਰ ਦਿੱਤੀ, ਇਹੋ ਹੈ ਨਾ ਕਹਿਣ ਦਾ ਮਤਲਬ? ਹਾਂਜੀ ਹਾਂਜੀ, ਉਹਨੂੰ ਬਲੈਂਡਿੰਗ ਦਾ ਮਤਲਬ, ਉਹਦੇ ਚ ਨਾ ਪਾਣੀ ਪਾਇਆ ਜਾਂਦਾ ਜੀ ਜੀ, ਤੇ ਹੋਰ ਵੀ ਬਹੁਤ ਕੁਝ ਆ, ਉਹ ਬਾਤ ਕਰਾਂਗੇ। ਅੱਜ ਤੁਸੀਂ ਜ਼ਹਿਰੀਲੀ ਸ਼ਰਾਬ ਦੀ ਗੱਲ ਕੀਤੀ, ਆਪਾਂ ਉਹਤੇ ਗੱਲ ਕਰਾਂਗੇ 10-15 ਮਿੰਟ ਜੀ ਜੀ ਜੀ। ਉਹ ਕੀ ਹੈ ਸਰ? ਇੱਕ ਨਾ ਆਉਂਦੀ ਹੈ ਮਿਥਾਈਲ ਜੀ, ਜਿਹੜੀ ਕਿ ਰੌਕ ਕਲਚਰਾਂ ਦੇ ਵਿੱਚ ਬਾਲਣ ਤੌਰ ਤੇ ਵਰਤੀ ਜਾਂਦੀ ਹੈ, ਜਾਂ ਪੇਂਟ, ਨੈਲ ਪਾਲਿਸ਼ਾਂ, ਇਹਨਾਂ ਚ ਵਰਤੀ ਜਾਂਦੀ ਹੈ। ਉਹਦੀ ਡਿਗਰੀ ਹੁੰਦੀ ਹੈ 165, ਉਹਦੀ ਕੀਮਤ ਹੈ 25-26 ਰੁਪਏ ਲੀਟਰ। ਇਹ ਜਿਹੜੀ ਖੇਡ ਚੱਲਦੀ ਹੈ ਨਾ ਜੀ, ਇਹ ਜੇ ਕੱਲੀ ਆਪਾਂ ਮਿਥਾਈਲ ਪੌੜੀ ਨੂੰ ਦੇਈਏ ਨਾ, ਤਾਂ ਉਹ ਜ਼ਹਿਰ ਆਪਣੇ ਲਈ, ਪਰੰਤੂ ਇਹ ਇੱਕ ਤਰਾਸਦੀ ਹੈ ਵੀ ਜੇ ਆਪਾਂ ਇਹਦੀ 25% ਮਿਥਾਈਲ ਪਾ ਦਈਏ, 50% ਮਿਥਾਈਲ ਪਾ ਦਈਏ, ਬਾਕੀ ਅਥਾਈਲ ਪਾ ਦਈਏ, ਤਾਂ ਇਹ ਬੌਡੀ ਨੂੰ ਤੁਹਾਨੂੰ ਇੱਕੋਦਮ ਡਿਟੈਕਟ ਨਹੀਂ ਕਰੂਗੀ, ਇਹ ਤੁਹਾਨੂੰ ਲਗਾਤਾਰ ਪੀਣ ਨਾਲ 2-3 ਸਾਲਾਂ ਚ ਅਟੈਕ ਕਰੂਗੀ। ਅਟੈਕ ਦਾ ਮਤਲਬ ਲਿਵਰ ਨੂੰ ਇਹ ਜਾਮ ਕਰ ਦਿੰਦੀ ਹੈ। ਤਾਂ ਹੀ ਆਪਾਂ ਜਿਹੜੇ ਸ਼ਰਾਬ ਦੀਆਂ ਕੰਪਨੀਆਂ ਨੇ ਜਾਂ ਜਿਹੜੇ ਬੰਦੇ ਇਸ ਮਾਫੀਆ ਨਾਲ ਜੁੜੇ ਹੋਏ ਨੇ, ਉਹ ਇਹਨਾਂ ਚੀਜ਼ਾਂ ਕਰਕੇ ਇਹਨੂੰ ਪੈਕ ਕਰਕੇ ਅੱਗੇ ਬਿਨਾਂ ਬਿਲਿੰਗ ਤੋਂ, ਜਾਂ ਆਪਾਂ ਕਹਿ ਦਿੰਦੇ ਹਾਂ ਵੀ ਵਿਆਹ ਸ਼ਾਦੀ ਸਾਨੂੰ ਸਸਤੀ ਮਿਲ ਗਈ, ਇਹ ਖੇਡ ਇਹ ਚੱਲ ਰਹੀ ਹੈ ਜਿਹੜੀ ਇਹ। ਤੁਸੀਂ ਕਿਤੇ ਵੀ ਨਾ ਗੂਗਲ ਤੇ ਜਾਓ, ਉੱਥੇ ਤੁਸੀਂ ਮਿਥਾਈਲ ਭਰ ਦਿਓ, ਅਥਾਈਲ ਭਰ ਦਿਓ, ਤੁਹਾਨੂੰ 20 ਕੰਪਨੀਆਂ ਦੇ ਫੋਨ ਆ ਜਾਣਗੇ ਵੀ ਸਾਡੇ ਤੋਂ ਲੈ ਲਓ, ਪਰੰਤੂ ਉਹਦੇ ਵਾਸਤੇ ਐਕਸਾਈਜ਼ ਦਾ ਲਾਇਸੈਂਸ ਦੀ ਲੋੜ ਪੈਂਦੀ ਹੈ। ਜਿਹੜੇ ਇਹ ਕੰਮ ਕਰਦੇ ਨੇ ਨਾ, ਉਹ ਤੁਸੀਂ ਕੋਈ ਨਾ ਕੋਈ ਜੁਗਾੜ ਪੜਾ ਕੇ ਰੱਖਦੇ ਨੇ, ਜਾਂ ਵੇਚਣ ਵਾਲੇ ਉਹਨਾਂ ਨੂੰ ਬਾਹਰ ਦੀ ਬਾਹਰ ਇਹ 220 ਲੀਟਰ ਦਾ ਡਰੰਮ ਹੁੰਦਾ, ਉਹਨੂੰ ਚੁਕਾ ਦਿੰਦੇ 50% ਐਥਾਨੋਲ, 50% ਮਿਥਾਈਲ ਅਲਕੋਹਲ, ਉਹਦੀ ਡਿਲੂਸ਼ਨ ਬਣਾ ਕੇ ਅੱਗੇ ਸਪਲਾਈ ਕਰ ਦਿੱਤੀ ਜਾਂਦੀ ਹੈ। ਉਹ ਖੇਡ ਖਰਾਬ ਕਿੱਥੇ ਹੁੰਦੀ ਹੈ? ਜ਼ਿਆਦਾ ਕੋਈ ਅਣਜਾਣ ਬੰਦਾ ਬੈਠਾ ਹੁੰਦਾ, ਉਹ ਡਰੰਮ ਦੋਨਾਂ ਦੇ ਇੱਕੋ ਜਿਹੇ ਹੁੰਦੇ ਨੇ, ਤੁਸੀਂ ਗੂਗਲ ਤੇ ਜਾਓ, ਤੁਸੀਂ ਉੱਥੇ ਸਰਚ ਕਰੋ, ਤੁਹਾਨੂੰ 20 ਕੰਪਨੀਆਂ ਮਿਲ ਜਾਣਗੀਆਂ ਸਪਲਾਈ ਕਰਨ ਵਾਲੀਆਂ। ਮਿਥਾਈਲ ਤੁਹਾਨੂੰ ਅਲੱਗ ਮਿਲੂਗੀ, ਅਥਾਈਲ ਅਲੱਗ ਮਿਲੂਗੀ,
परंतु मैं बार बार कह रही मिथाइल पीण वास्ते नहीं होंगी, परंतु जे इन मिक्स करके फिर यह मिठा जहर बन जाती है जी आप दो तीन साल बाद असर करूगी लगातार पीने का। क्योंकि तुम ये हिसाब ला लो जी मिथाइल है ना जहे जा आप मोटरसाइकिल की टैंकी के खंड का आप एक मुठ सीटती भी मोटरसाइकिल जाम हो गया यह ऐसे तरह ही काम करती अपने बॉडी ऑर्गन मेन तरह से जोड़ा शराब का अटैक होंगे सारे नो पहला लिवर से होंगे। मैं दावे ना कहना जे एक लिमिटेड मात्रा चलो कई लोग पीते ने वधिया शराबा पीते ने उन्होंने कोई दिक्कत नहीं आती, ये दिक्कत उत्थे ही आती है जहरीली बनती है जदों कल्ली आपां मिथाइल सप्लाई कर दी है क्योंकि डिलूशन करके दे रहे ने। इस करके जिहड़ी घटना हुई है ये गवर्नमेंट नूं जांच करनी चाहिए भी उन्होंने कोल मिथाइल आई कितों अथाइल आई कितों, क्योंकि सर तुहाडे कोल एक्साइज का लाइसेंस होना चाहिए तां तुहानूं ये चीजा सप्लाई होणगीआं जी। जो वेचण वाले एक रली मिली खेड है भी उन्होंने पहला भी यह इन्ने ड्रम फड़े गए सी जो घटना वापरी सी दुआरे उदू बाद दुआरे सिस्टम फिर कि चल पे है ये सोचने का विषय जी जी बिल्कुल ये पड़ताल होनी चाहिए है। अच्छा राकेश जी एक चीज होर साफ करो फिर यदा मतलब जी, गल कहना जी 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 करो कंटिन्यू जी करो करो जी गल पता की है जी देखो ये खेड जी चल रही है ना शराब लिक्विड माफिया मैं पहला भी कई वीडियो दसा है ये अपने कले पंजाब च नहीं सारे हिंदुस्तान च ही है सर जिन्हें जिन्हों एक बार वो चस्का पै गया तो ठीक है सरकार बदल दया ने चस्का पै गया वह नहीं हटता वह कितने ना कि आपके लिंक जोड़ के उन्होंने एक्चुअली जी शराब ही बिकती है ना तुम ये देखो जी तो खुली बिक गई उत घटना वापर गई जी पैकिंग होके आ मैं दावे ना नहीं कह सकता भी सारिया कंपनियां ही कर दया ने परंतु जिम्मे पिछे मिंटू ने मिंटू साहब ने भी गल की सवेरे प्रोग्राम च भी बादल को एक फैक्ट्री फड़ी गई थी बादल पिंड कोल हां जी बॉटलिंग करते सी की होंदा सर हां जी हां जी हां जी क्योंकि उसका सर बकायदा केमिस्ट ने उन्होंने एक लिमिटेड मात्रा च पा के क्योंकि शराब सस्ती तो सस्ती पवे उन्होंने क्योंकि आप देखिए अक्सर बगैर बिलिंग वाली तुम अज भी पंजाब दे विच बिक रही है कोई जी पेटी कीमत 9000 रुपया होनी चाहिए थोनू 3000 च मिल जू परंतु उत्ते आप लोग यह नहीं सोचते भी बगैर बिलिंग तो है तो कंपनियां इस चीज का फायदा उठाई है क्योंकि कोई बिलिंग नहीं जे कल कोई घटना वापर गई वो कोई जिम्मेदारी बनती नहीं कंपनी की क्योंकि सर तुम देख लो हिंदुस्तान के जिहड़ी मर्जी स्टैंप बनवा लो जिहड़ी मर्जी उत्ते लेबल बनवा लो जिहड़ी मर्जी बोतल बनवा लो जी हाँ ये माफिया काम किवें करदा है। चलो पहला सरकार वेले जो कुछ हों हूँ भी जो कुछ हो रहा है क्योंकि सर जो कोई एक्साइज के महकमे ने अपा उत्ते फैक्ट्रिया जाके भी उत्ते की हो रहा है की नहीं हो रहा भी थोड़ी बगैर बिलिंग वाली शराब मार्केट किवें आ गई जाता वो कितने गलत फैक्ट्री लगी हुई है वो जिहड़ियां कंपनियां करनाटका जा अपनियां बैठियां बंगलौर वो इधर आपदा देखदे साडी सेल घट होगी साडी शराब नहीं बिक रही भी वो कारण की है जे कोई जांच करन देऊगा ताही वो कारण पता लगूगा ना सर जी। ये बहुत तगड़ी खेड है मान साहब लंबी चर्चा हो जूगी जिहड़ा कुछ पंजाब दे विच नहीं हिंदुस्तान च की हो रहा शराब दे विच तुसीं फिर टाइम कढ के तुहानूं मैंने अपना वीडियो करांगे आपां तुहानूं कल्ली कल्ली चीज का वोदका की है वाइन की है विस्की की है रम की है बीयर तक अपने सिंथेटिक तैयार हो रही है पंजाब च सिंथेटिक मतलब जिहड़ा जिहड़ा बेस है ना वो बेस तो हटके कोई चीज तुसीं पैक करदे हो मैं उहनूं सिंथेटिक कहूंगा की डेयरी च की शराब च की फूड प्रोडक्ट च की हालात ने आप सारी चर्चा करांगे आने वाले समय जी जी यदा मतलब राकेश जी कि जी कई बंदे होंगे तो पता कि वह कहें कि यार असी तो महंगा ब्रांड पीने भाव के मैं वैसे गल कर रहा थोड़ा इन जनरल आप किसी ब्रांड का नाम नहीं लेंगे तो उन्होंने भी थोड़ा जहा ख्याल रखने की लड़ है जे कोई मान लो अगला कहें कि यार भी साडा बाई देना घट प्रभाव पेगा असर उन्ना नहीं होगा या कह लो कि भाई सेहत खराब नहीं होनी ज्यादा तो उन्होंने भी ख्याल रखने की लड़ है तुहाडे मुताबिक फिर मान साहब एक ना प्रोग्राम आ रहा मैं दिल्ली दे देख रहा एक लेडीज का नक का 10 करोड़ का बीमा होया होया लेडी एक शराब फैक्ट्री से काम कर रही थी उन्हें शराब जो पैकिंग करनी है ना जो प्रोडक्ट तैयार हो गया उन्हें फ्रैगनेंस लैके ही अलाउ करना है भी आ बीयर पैक कर दो आ शराब पैक कर दो जी। देखो सारे बंदे मेरे जिन्ना चलो मैंने एक ऐ नहीं कहना मैं कोई डिग्री नहीं की पर एक तजर्बा हो जाता है आपां तां ढक्कण खोलण सार देख के दस दें भी इस सिपट कहे जा भरिया होया क्योंकि सर जी खेड चलती है ना तुसी एक फिल्म आई थी 40 साल पहला देश प्रेमी जी ये उदों भी वो बंदा डुप्लीकेट विदेशी शराब दी बोतलां दारू भर के वेच रहा सीगा जी क्योंकि सर जो तो बनया हुआ जो सिपट है ना उदा स्वाद एक वखरा हुंदा है
क्योंकि रवायती ढंग ना देखो आप शराब बनती है जा गुड़ तो बनती है जा बनती है ग्रेन्स तो ग्रेन मतलब दाने जिदे तुसीं बाजरा भी लै सकते हो मक्की भी लै सकते हो जौ भी लै सकते हो कणक भी लै सकते हो ईवन कई लोग राई नाल विस्की तैयार कर रहे हैं जिन्होंने आप जवी भी कह सकते हैं शायद एक राई एक अलग शब्द है वो तो भी शराब तैयार होने लग गई जिहड़ी सिपर दा गुणवत्ता दे हिसाब नाल इह शराब दी अगे कीमत मिथी जांदी है जां कई कंपनियां कोल आपदे तजर्बे ने कि उन्हां दा बनाउण दा ढंग वक्खरा हुंदा है कई लोग कई फैक्ट्रियां जौ नूं भुन के बनाउंदियां ने कई जो फैक्ट्रियां जौ नूं भंगार के बनाउंदियां ने अपने जिहड़ी मेन सिपर बन रहा ज्यादातर लोग पीते ने कणक तों बनदी है तुसीं जिन्नियां भी फैक्ट्रियां होणगियां जिहड़ी इह सर पर गल उत्थे आएंगे लंबी स्टोरी हो जांदी है वोदका जिहड़ी विस्की है इहनूं 3 साल तुसीं पुराणी करो इह स्मूथनैस हुंदी जांदी है ईवन लै मैं तुहानूं नवीं गल दस दिंदा स्मूथनैस दे नाते ना जल्दी मार्केट उतार दिंदे ने उहनूं वोदका दा नाम देना पैंदा है अपने लोग वोदका बारे इह भरम है वी गर्म हुंदी है जी परंतु जिहड़ी इह रंग लैंदी है ना इह 3 साल आपां नूं स्टोर करनी पैंदी है नवीं गल इह हैगी जिन्नियां विस्कियां उहनूं रंग पा के विस्की दा नाम देता विस्की क्योंकि यूएसए दा शब्द है स्कॉच शब्द स्कॉटलैंड दा है जी उत्ते कानून है भी 3 साल पुरानी तुसीं करते तां विस्की दा नाम दे सकदे हो जी ਤੁਸੀਂ ਆਪ ਦੇਖੋ ਵੀ ਇੰਨੀਆਂ ਪੁਰਾਣੀਆਂ ਕਹਿੰਦੀ ਹੈ ਨਵੀਂ ਮੈਨੂੰ ਨਹੀਂ ਲੱਗਦਾ ਵੀ ਹਾਂ ਇੱਥੇ ਆਪਣੀ ਇੰਨੀ ਪੁਰਾਣੀ ਹੋਊਗੀ ਜੀ ਹਾਂਜੀ ਹਾਂਜੀ ਜੀ ਜੀ ਹਾਂ ਇਹ ਸਵਾਲ ਤਾਂ ਹੁੰਦਾ ਨਾ ਜੀ 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 ਕਰੋ ਕੰਟੀਨਿਊ ਤੁਸੀਂ ਜੀ ਹਾਂਜੀ ਜੇ ਪਾਣੀ ਰੰਗਾ ਕਰਕੇ ਉਹ ਪਾਈ ਜਾਂਦੀ ਹੈ ਕਿਉਂਕਿ 95 ਡਿਗਰੀ ਹੈ ਉਦੋਂ ਬਾਅਦ ਉਹਨੂੰ ਮਿਕਸਿੰਗ ਕਰਕੇ ਇਹਨੇ 75 ਡਿਗਰੀ ਬਣਾਉਣਾ ਜਿਹੜੀ 20 ਆਪਣੀ ਜਿਹੜੀ ਸਟੈਂਡਰਡ ਹੈ ਇੰਟਰਨੈਸ਼ਨਲ 43 42.8 ਜਾਨੀ ਕਿ 43% ਵੇਟ ਬਾਏ ਵਾਲੂਮ ਹੈ ਇਹਨਾਂ ਨੇ ਉਹ 95 ਡਿਗਰੀ ਵਾਲੀ ਨੂੰ ਤੁਸੀਂ ਜਦੋਂ 75 ਡਿਗਰੀ ਕਰੋਗੇ ਪਾਣੀ ਘੋਲਣਾ ਪੈਂਦਾ ਬਲੈਂਡਿੰਗ ਕਹਿ ਦਿੰਦਾ ਜੀ ਆਪਾਂ ਉੱਥੇ ਖੇਡ ਚੱਲਦੀ ਹੈ ਫਿਰ ਇਹ ਪਾਣੀ ਰੰਗਾ ਕਰਕੇ ਨਾ ਖੰਡ ਨੂੰ ਉਹ ਸ਼ਰਾਬਾਂ ਦੇ ਵਿੱਚ ਘੋਲੀ ਜਾਂਦੀ ਹੈ ਜਿੱਥੋਂ ਤਾਂ ਹੀ ਤਾਂ ਕਈ ਕਹਿ ਦਿੰਦੇ ਨੇ ਜੇ ਵੱਧ ਲੱਗ ਗਈ ਤੜਕੇ ਸ਼ੂਗਰ ਹੋ ਗਈ ਵੱਧ ਗਈ ਸ਼ੂਗਰ ਉਹ ਰੀਜਨ ਇਹ ਹੈ ਇਹ ਬਹੁਤ ਆਪਾਂ ਗੱਲ ਅੱਜ ਚੱਲ ਰਹੀ ਸੀ ਆਪਣਾ ਜ਼ਹਿਰੀਲੀ ਸ਼ਰਾਬ ਵਾਲੀ ਪਹਿਲਾਂ ਪਤਾ ਮਾਨਸਾ ਕੀ ਹੁੰਦਾ ਸੀਗਾ ਬਿਹਾਰ ਦੇ ਵਿੱਚ ਜਿਹੜਾ ਬੈਨ ਲਾਇਆ ਗਿਆ ਲੋਕ ਨਾ ਉੱਥੇ ਥੱਲੇ ਟੋਆ ਪੱਟ ਦਿੰਦੇ ਸੀਗੇ ਉਹ ਟੋਏ ਚ ਨਾ ਪੋਲੀਥੀਨ ਪਾ ਕੇ ਵੀ ਜਿਵੇਂ ਆਪਾਂ ਦੇਸੀ ਆਪਣੇ ਸਾਰੇ ਬੰਦੇ ਜਾਣਦੇ ਨੇ ਕਿ ਦੱਸਣ ਦੀ ਕੀ ਲੋੜ ਹੈ ਵੀ ਘਰੇ ਆਪਾਂ ਜਿਹਨੂੰ ਘਰ ਦੀ ਸ਼ਰਾਬ ਕਹਿ ਦਿੰਦੇ ਹਾਂਜੀ ਉਹ ਹਾਂ ਉਹ ਗੁੜ ਨੂੰ ਨਾ ਜ਼ਮੀਨ ਦੇ ਵਿੱਚ ਟੋਆ ਪੱਟ ਕੇ ਉੱਥੇ ਫਾਰਮੈਂਟੇਸ਼ਨ ਕਰਦੇ ਸੀਗੇ ਉਹਦੇ ਨਾਲ ਗੁੜ ਨੂੰ ਦੇਖ ਕੇ ਕੋਈ ਜ਼ਹਿਰੀਲੇ ਜੀਵ ਆ ਗਏ ਕੋਈ ਸੱਪ ਆ ਗਿਆ ਕੋਈ ਹੋਰ ਜ਼ਹਿਰੀਲੀ ਜੀਵ ਆ ਗਏ ਉਹ ਸ਼ਰਾਬ ਦੇ ਵਿੱਚ ਯਾਨੀ ਕਿ ਲਾਹਣ ਦੇ ਵਿੱਚ ਡਿੱਗ ਪੈਂਦੇ ਸੀ ਜਦੋਂ ਉਹ ਸ਼ਰਾਬ ਜ਼ਹਿਰੀਲੀ ਹੋ ਜਾਂਦੀ ਸੀ ਉਹ ਸ਼ਰਾਬ ਜ਼ਹਿਰੀਲੀ ਹੁੰਦੀ ਸੀਗੀ ਕੀੜੇ ਮਕੌੜਿਆਂ ਕਰਕੇ ਜਾਂ ਸੱਪਾਂ ਕਰਕੇ ਜਾਂ ਕੋਈ ਹੋਰ ਜ਼ਹਿਰੀਲੇ ਕੀੜਿਆਂ ਕਰਕੇ ਪਰੰਤੂ ਜਿਹੜੀ ਹੁਣ ਸ਼ਰਾਬ ਜਿਹੜੀ ਹੋ ਰਹੀ ਹੈ ਉਹ ਮਿਥਾਈਲ ਤੇ ਇਥਾਈਲ ਆਪਾਂ ਸਮਝਾਈ ਚੁੱਕੇ ਆ ਉਹ ਖੇਡ ਚੱਲ ਰਹੀ ਹੈ ਜੀ 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 ਰਕੇਸ਼ ਜੀ ਮੇਰਾ ਅਖੀਰਲਾ ਮੈਂ ਤੁਹਾਨੂੰ ਦੱਸ ਦਿੰਦਾ ਹਾਂਜੀ ਹਾਂਜੀ ਕਰੋ ਕੰਟੀਨਿਊ ਕੁਛ ਜੀ ਜੀ ਕਰੋ ਚਲੋ ਚਲੋ ਤੁਸੀਂ ਸਵਾਲ ਪੁੱਛੋ ਸਵਾਲ ਪੁੱਛੋ ਜੀ ਹਾਂ ਮੇਰਾ ਬਸ ਅਖੀਰਲਾ ਸਵਾਲ ਹੀ ਹੈ ਰਕੇਸ਼ ਜੀ ਕਿ ਬਈ ਲੋਕਾਂ ਲਈ ਕੀ ਮੈਸੇਜ ਆ ਕਿਉਂਕਿ ਚਲੋ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਕਿ ਯਾਰ ਵੀ ਆਹ ਪੀਓ ਜਾਂ ਨਾ ਪੀਓ ਕਿਹੜੀ ਪੀਓ ਹੈ ਨਾ ਤਾਂ ਥੋੜ੍ਹਾ ਉਹ ਕਿੱਦਾਂ ਇਸ ਚੀਜ਼ ਨੂੰ ਲੈ ਕੇ ਅਵੇਅਰ ਹੁਣ ਵੈਸੇ ਤਾਂ ਆਪਾਂ ਜਾਣਕਾਰੀ ਦੇ ਦਿੱਤੀ ਆ ਪਰ ਉਹ ਖਿਆਲ ਕਿਵੇਂ ਰੱਖਣ ਜੇ ਫਰਜ਼ ਕਰੋ ਕੋਈ ਬੰਦਾ ਹੁਣ ਲੈ ਕੇ ਵੀ ਆਉਂਦਾ ਘੱਟੋ ਘੱਟ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਜੀ ਗੱਲ ਪਤਾ ਕੀ ਹੈ ਜੀ ਦੇਖੋ ਸ਼ਰਾਬ ਦਾ ਇਤਿਹਾਸ ਕੋਈ ਅੱਜ ਦਾ ਨਹੀਂ ਹੈਗਾ ਜੀ ਆਪਣੇ ਹਿੰਦੂ ਗ੍ਰੰਥਾਂ ਦੇ ਵਿੱਚ ਵੀ ਕਈ ਦੇਵੀ ਦੇਵਤਿਆਂ ਨੂੰ ਉੱਥੇ ਦਿਖਾਇਆ ਗਿਆ ਵੀ ਉਹ ਮਦਰਾ ਉਦੋਂ ਮਦਰਾ ਦਾ ਨਾਮ ਦਿੱਤਾ ਗਿਆ ਸੀਗਾ ਵੀ ਉਹਦੀ ਐਸ਼ ਪ੍ਰਸਤੀ ਕਰਦੇ ਸੀਗੇ ਹਾਂ ਮਦਰਾ ਚੱਲਦੀ ਰਹਿੰਦੀ ਸੀਗੀ ਜਿਹੜੀ ਗੱਲ ਹੁਣ ਮੈਂ ਆਪਾਂ ਕੱਲ ਸੰਦੇਸ਼ ਵਾਲੀ ਹੈ ਕਿ ਦੇਖੋ ਮਿੰਟੂ ਜੀ ਗੱਲ ਪਤਾ ਕੀ ਹੈ ਤੁਸੀਂ 22 ਤੋਂ ਪਹਿਲਾਂ ਦਾ ਮਾਹੌਲ ਦੇਖੋ ਵੀ ਕਈ ਲੋਕਾਂ 'ਚ ਭਾਵਨਾ ਬਣ ਗਈ ਸੀ ਲੋਕ ਨਾ ਵੀ ਜਾਣੀ ਕਿ ਪਾਰਟੀਆਂ ਤੋਂ ਅੱਕ ਚੁੱਕੇ ਸੀ ਅੱਕੇ ਹੋਇਆ ਨੇ ਇੱਕ ਆਮ ਪਾਰਟੀ ਸਰਕਾਰ ਧਿਆਂਦੀ ਐਸੇ ਤਰ੍ਹਾਂ ਹੀ ਮਿੰਟੂ ਜੀ ਡਿਫਰੈਂਸ ਤਾਂ ਆਪਾਂ ਤਾਂ ਦੱਸੀਏ ਜੇ ਆਪਾਂ ਨੂੰ ਕੋਈ ਅਲੱਗ ਚੀਜ਼ ਮਿਲੇ ਜਦੋਂ ਕਹਿੰਦੇ ਨੇ ਆਵੇ ਹੀ ਉੱਤੇ ਪਿਆ ਠੀਕ ਹੈ ਸਰ ਆਵੇ ਹੀ ਉੱਤੇ ਪਿਆ ਵੀ ਲੋਕ ਜਿਵੇਂ ਉਹ ਸਰਕਾਰਾਂ ਤੋਂ ਅੱਕੇ ਸੀ ਨਾ ਹਿਮਾਚਲ ਪੰਜਾਬ ਹਰਿਆਣਾ ਤੇ ਰਾਜਸਥਾਨ ਇਹ ਲੋਕ ਨਾ ਜਿਹੜੀ ਆ ਦਾਰੂ ਹੈ ਉਹ ਤੋਂ ਨਾ ਜਿਵੇਂ ਰਾਤ ਨੂੰ ਪੀ ਲਈ ਸਵੇਰੇ ਅਗਲਾ ਕਹਿੰਦਾ ਯਾਰ ਕੀ ਪੀ ਲਿਆ ਸੀ ਵੀ ਕਹਿੰਦਾ ਇੰਨਾ ਅੱਕ ਚੁੱਕੇ ਨੇ ਪਰੰਤੂ ਜਿਹੜੀ ਉਹ ਵਧੀਆ ਆਪਾਂ ਕਹਿੰਦੇ ਆ ਵੀ ਅਸੀਂ ਨੀ ਦੇਖੋ ਪ੍ਰਮੋਟ ਨੀ ਕਰਦੇ ਜਿਹਨੇ ਪੀਣੀ ਹੈ ਉਹਨੇ ਪੀਣੀ ਹੈ ਸਾਡੇ ਕਹਿੰਦਾ ਨਾ ਕੋਈ ਰੁਕਣ ਲੱਗਿਆ ਨਾ ਕੋਈ ਪੀਣ ਲੱਗਿਆ ਸਾਡਾ ਮਕਸਦ ਇਹ ਹੈ ਵੀ ਲੋਕਾਂ ਨੂੰ ਵਧੀਆ ਸ਼ਰਾਬ ਮਿਲੇ ਪਰੰਤੂ ਬੇਨਤੀ ਦਾ ਸਰ ਆਪਾਂ ਤਾਂ ਕਰ ਸਕਦੇ ਨਾ ਜੇ ਸਰਕਾਰਾਂ ਅੱਗੇ ਹੋ ਕੇ ਉਹ ਚੀਜ਼ ਸੁਣਨ ਜਾਂ ਉਹ ਚੀਜ਼ ਕੰਟਰੋਲ ਕਰਨ ਇਹ ਤਾਂ ਹੀ ਕੁਛ ਹੋ ਸਕਦਾ ਜਦੋਂ ਸਾਰੇ ਪਾਸੇ ਜਿੰਨੀਆਂ ਵੀ ਕੰਪਨੀਆਂ ਨੇ ਗੀਆਂ ਉਹ ਸਾਰੀ ਜ਼ਿਆਦਾਤਰ
ज्यादातर यही खेड चल रही है जी 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 जी। चलो खैर देखते हैं कि इस नू लैके हुण सरकार की करती है, जो सिस्टम दे विच कदों तक चलता इस तरह के नाल ते कदों सुधार होंदा जी। पर तुसी समां दित्ता राकेश जी, तुहाडा धन्नवाद जी, बहुत बहुत मेहरबानी। सत श्रीकाल जी, फिर एक बार सत श्रीकाल जी। सत श्रीकाल। सो इस राकेश कुमार कत्तू जिन्हां दे नाल गलबात की, जिन्हां ने दस्या कि भाई असल दे विच इह गंदी खेड चलदी किवें आ, किवें लोकां दी सेहत दे नाल खिलवाड़ हुंदा पिया। उम्मीद करदे हां भाई तुसी इस एपीसोड नूं पसंद करोगे ते इहनूं अगे शेयर भी करो। तुहाडा भी सब का बहुत बहुत धन्यवाद। दोबारा फिर सारा नूं सत श्री अकाल।